ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਫਗਵਾੜਾ ਨਜ਼ਦੀਕੀ ਪਿੰਡ ਬਬੇਲੀ ਵਿਖੇ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਵਿਜੇ ਕੁਮਾਰ ਪੁੱਤਰ ਗੁਰਮੇਜ ਰਾਮ ਵਜੋਂ ਹੋਈ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਮ੍ਰਿਤਕ ਵਿਜੇ ਕੁਮਾਰ ਦੀ ਭੈਣ ਨੇ ਦੱਸਿਆ ਕਿ ਉਸਦੇ ਭਰਾ ਦਾ ਕਤਲ ਕੀਤਾ ਗਿਆ। ਉਸਦਾ ਕਹਿਣਾ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਮ੍ਰਿਤਕ ਵਿਜੇ ਕੁਮਾਰ ਦੀ ਪਤਨੀ ਉਸ ਨਾਲ ਲੜ ਕੇ ਆਪਣੇ ਪੇਕੇ ਘਰ ਚਲੀ ਗਈ ਸੀ ਅਤੇ ਉੱਥੇ ਹੀ ਰਹਿ ਰਹੀ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਇਸਦੀ ਪਤਨੀ ਦੇ ਪੇਕੇ ਪਰਿਵਾਰ ਵੱਲੋਂ ਵਿਜੇ ਕੁਮਾਰ ਦੀ ਮਾਰਕੁੱਟ ਵੀ ਕੀਤੀ ਗਈ ਸੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਮਾਨ ਭਾਜੀ ਨੇ ਸ਼ਨੀਵਾਰ ਨੂੰ ਜਾਣਾ ਸੀ ਬਾਹਰ ਨੂੰ, ਇਹਦੀ ਫਲੈਟ ਸੀਗੀ ਤਾਂ ਇਹ ਭਾਣੋਕੀ ਨੂੰ ਸਮਾਨ ਬੰਨ ਕੇ ਆ ਗਿਆ, ਨਾਲ ਮੇਰਾ ਵੱਡਾ ਬੇਟਾ ਗਿਆ ਆ। ਉਹਨੇ ਫੋਨ ਕਰਕੇ ਸੱਦਿਆ ਤੂੰ ਭਾਣੋਕੀ ਨੂੰ ਆ ਜਾ, ਅਤੇ ਬਵੇਲੀ ਨੂੰ ਆ ਜਾ, ਫਿਰ ਭਾਣੋਕੀ ਨੂੰ ਆ ਗਿਆ। ਉਹ ਸ਼ਾਮ ਨੂੰ ਏਜੰਟ ਦਾ ਫੋਨ ਆਉਂਦਾ ਆ, ਕਹਿੰਦਾ ਵੀ ਤੇਰੀ ਟਿਕਟ ਕੈਂਸਲ ਹੋ ਗਈ ਆ, ਮੈਂ ਸੋਮਵਾਰ ਨੂੰ ਤੇਰੀ ਟਿਕਟ ਹੋਣੀ ਆ। ਮੋਹਰੇ ਐਤਵਾਰ ਆ ਜਾਂਦਾ ਆ, ਸੋਮਵਾਰ ਨੂੰ ਸ਼ਾਮ ਨੂੰ ਮੈਨੂੰ ਦੁਪਹਿਰ ਨੂੰ 2:30 ਵਜੇ ਫੋਨ ਕਰਦੀ ਹਾਂ। ਮੈਂ ਕਿਹਾ ਵੀਜੇ ਤੂੰ ਪਿੰਡ ਨੂੰ ਆ ਜਾ, ਕਹਿੰਦਾ ਭੈਣ ਮੇਰੀ ਸ਼ਾਮ ਨੂੰ ਟਿਕਟ ਦਾ ਪਤਾ ਲੱਗਣਾ, ਮੈਂ ਸ਼ਾਮ ਨੂੰ ਆਊਂਗਾ। ਪਰ ਉਦੋਂ ਬਾਅਦ 'ਚ ਮੈਂ ਫੋਨ ਨਹੀਂ ਕੀਤਾ, ਮੇਰੇ ਘਰ ਵਾਲਾ ਵਰਕ ਵਿੱਚ ਫੋਨ ਕਰਦਾ ਆ, ਉਹਨੂੰ ਕਿੰਨੀ ਵਾਰੀ ਫੋਨ ਕੀਤਾ ਤੂੰ ਭਾਣੋ ਵੀ ਚੱਲ ਜਾ, ਇਹ ਆਇਆ ਨਹੀਂ, ਅਤੇ ਸ਼ਾਮ ਨੂੰ ਉਹਦਾ ਫੋਨ ਨਹੀਂ ਚੱਕਿਆ। ਰਾਤ ਨੂੰ ਇਹ ਤਕਰੀਬਨ 11 ਵਜੇ ਇਹਦੀ 12 ਵਜੇ ਇਹਦੇ ਕੋਲ ਮੁੰਡੇ ਆਏ 4-5, ਉਹਨਾਂ ਨੇ ਪਤਾ ਨਹੀਂ ਸਾਨੂੰ ਕੀ ਕੀਤਾ ਕੀ ਨਹੀਂ ਕੀਤਾ। ਸਵੇਰ ਨੂੰ ਮੇਰੇ ਘਰ ਵਾਲੇ ਕਬੈਚ ਚੋਂ ਫਿਰ ਮੁੰਡੇ ਆਏ, ਗੁਆਂਢੀਆਂ ਦੀ ਕੁੜੀ ਨੂੰ ਦੇਖੀ ਆ, ਅਤੇ ਰਾਤ ਨੂੰ ਮੁੰਡਾ GNA ਲੱਗਾ ਆ, ਉਹਨੇ ਗੱਡੀ ਖੜ੍ਹੀ ਦੇਖੀ ਆ ਪਰ ਆਪਣੇ ਘਰ ਚੱਲੀਏ ਉਹ ਦੇਖਣ ਨਹੀਂ ਆਇਆ। ਅਤੇ ਮੈਂ ਫਿਰ ਸਵੇਰ ਨੂੰ ਮੇਰੇ ਘਰ ਵਾਲੇ ਕਬੈਚ ਚੋਂ ਫੋਨ ਕੀਤਾ, ਕਹਿੰਦਾ ਵੀ ਜੇ ਮੇਰੇ ਤਾਏ ਦਾ ਮੁੰਡਾ ਬਾਹਰੋਂ ਆਇਆ ਸੀ, ਉਹਨੂੰ ਫੋਨ ਕੀਤਾ ਵੀ ਵੀਜ਼ਾ ਫੋਨ ਨਹੀਂ ਚੱਕਦਾ ਹੈਗਾ, ਤੂੰ ਚਾਂਜੀ ਤਾਂ ਘਰ ਜਾ ਕੇ, ਮੁੰਡਾ ਗਿਆ ਆ। ਅਤੇ ਜਦੋਂ ਘਰ ਜਾ ਕੇ ਦੇਖਿਆ ਤਾਂ ਮੁੱਕਾ ਪਿਆ ਸੀਗਾ, ਅਤੇ ਮੂੰਹ ਦੇ ਉੱਤੇ ਸਾਰਾ ਇਹ ਕੰਬਲ ਦਿੱਤਾ ਹੋਇਆ ਸੀ। ਸ਼ੱਕ ਇਹਦੇ ਸਾਨੂੰ ਇਹ ਹੀ ਆ ਵੀ ਇਹ ਪਹਿਲਾਂ 2 ਮਹੀਨੇ ਕੁੱਟ ਕੇ ਗਏ ਆ, ਰਾਤ ਨੂੰ ਜਿਹੜੇ ਉਹ ਸਾਨੂੰ ਨਹੀਂ ਪਤਾ ਕੀ ਲੱਗਦੇ ਨੇ, ਇਹ ਕੁੱਟ ਕੇ ਗਏ ਦਾ ਭਰਾ, 2 ਭੈਣਾਂ, ਇਹ ਆਪ ਜੋਤ ਲੈਣ ਅੰਦਰ ਵੜ ਗਈ ਆ, 20,000 ਰੁਪਈਆ ਕੱਢ ਕੇ ਲੈ ਕੇ ਗਈ ਆ, 2 ਇਹਦਾ ਭਰਾ ਦਾ ਨਾਂ ਰਖੇਸ਼ ਆ, ਜਸਵਿੰਦਰ ਤੇ ਸੋਨੀਆ। ਉਧਰ ਥਾਣਾ ਰਾਵਲਪਿੰਡੀ ਦੇ SHO ਸ਼ਮਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਬਬੇਲੀ ਪਿੰਡ ਦੇ ਸਰਪੰਚ ਨੇ ਉਕਤ ਵਿਅਕਤੀ ਦੀ ਮੌਤ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਮ੍ਰਿਤਕ ਵਿਜੇ ਕੁਮਾਰ ਦੀ ਲਾਸ਼ ਘਰ ਦੇ ਬੈੱਡ ਤੇ ਪਈ ਹੋਈ ਸੀ। ਉਹਨਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਕਿ ਮ੍ਰਿਤਕ ਵਿਅਕਤੀ ਕੋਲ ਬੀਤੀ ਰਾਤ ਕੁਝ ਦੋਸਤ ਆਏ ਸਨ। ਸ਼ਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਲਾਸ਼ ਦਾ ਪੋਸਟਮਾਰਟਮ ਫਗਵਾੜਾ ਸਿਵਲ ਹਸਪਤਾਲ ਵਿਖੇ ਕਰਵਾਇਆ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਧਾਰਾ 174 ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਜਦਕਿ ਪਰਿਵਾਰ ਵੱਲੋਂ ਲਗਾਏ ਜਾ ਰਹੇ ਕਤਲ ਦੇ ਇਲਜ਼ਾਮ ਬਾਰੇ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੀਤੀ ਜਾਵੇਗੀ। ਇਹ 10 ਤਰੀਕ ਨੂੰ ਜੀ 2 ਵਜੇ ਮੈਂ ਹਾਜ਼ਰ ਸੀਗਾ ਥਾਣੇ ਬੈਠਾ, ਅਤੇ ਮੈਨੂੰ ਬਵੇਲੀ ਪਿੰਡ ਦੇ ਸਰਪੰਚ ਨੇ ਆ ਕੇ ਦੱਸਿਆ ਸੀ ਕਿ ਵਿਜੇ ਕੁਮਾਰ ਦੀ ਮੌਤ ਹੋ ਗਈ ਆ, ਬੈੱਡ 'ਤੇ ਪਿਆ ਆ ਕੇ ਮੌਕਾ ਦਿੱਤਾ। ਅਸੀਂ ਸਮੇਤ ਪੁਲਿਸ ਪਾਰਟੀ ਉੱਥੇ ਗਏ ਹਾਂ, ਉੱਥੇ DSP ਸਾਹਿਬ SP ਸਾਹਿਬ ਨੂੰ ਵੀ ਬੁਲਾਇਆ ਸੀ, ਉਹਨਾਂ ਨੇ ਵੀ ਮੌਕਾ ਦੇਖਿਆ, ਮੌਕੇ ਤੋਂ ਇਹ ਦੇਖਿਆ ਕਿ ਇਹਦੀ ਕੋਈ ਇਹਨਾਂ ਨੇ ਇਹ ਦੋਸਤ ਆਇਆ ਸੀ ਰਾਤੀ ਕੋਈ ਮਿਲਣੇ ਨੂੰ, ਅਤੇ ਦੋਸਤਾਂ ਨੇ ਰਲ ਕੇ ਸ਼ਰਾਬ ਸ਼ੁਰੂ ਕੀਤੀ ਆ, ਸ਼ਰਾਬ ਪੀ ਕੇ ਅਤੇ ਉਹ ਚਲ ਗਏ ਆ ਵਾਪਸ, ਅਤੇ ਇਹ ਉੱਥੇ ਬੈੱਡ 'ਤੇ ਪਿਆ ਸੀ। ਇਹਦੇ ਅਤੇ ਇਹਦਾ 174 CRPC ਦੀ ਕਾਰਵਾਈ ਅਮਲ 'ਚ ਲਿਆਂਦੀ ਗਈ, ਇਹਦਾ ਪੋਸਟਮਾਰਟਮ ਕਰਾ ਦਿੱਤਾ, ਅਤੇ ਪੋਸਟਮਾਰਟਮ ਤੋਂ ਜਿਹੜੀ ਰਿਪੋਰਟ ਸਹੀ ਆਊਗੀ ਉਹਦੇ ਹਿਸਾਬ ਨਾਲ ਕਰਦੀ ਹੈ। ਇਹਨਾਂ ਦਾ ਰੋਪ ਆ ਵੀ ਇਹਦਾ ਜੀ ਮਿਸਿਜ ਦੀ ਦਾ ਅਨਬਣ ਸੀ, ਲੇਕਿਨ ਉਹ 2 ਮਹੀਨੇ ਤੋਂ ਆਪਣੇ ਪੇਕੇ ਪਰਿਵਾਰ 'ਚ ਰਹਿ ਰਹੇ ਸੀ, ਫਿਰ ਵੀ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਆ ਉਹ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ, ਉੱਥੋਂ ਰਿਪੋਰਟ ਦੇ ਹਿਸਾਬ ਨਾਲ ਹੀ ਅਗਲੀ ਕਾਰਵਾਈ ਜਿਹੜੀ ਹੈ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।